ਅਰਦਰ ਸਰਜਨ ਜੋੜੇ ਨਸ਼ੀਰ ਭਾਈ ਗੁੱਗਾ ਜੀ ਭਰਿਆ ਏ ਤਮਾਮ ਗਰਦਣੇ ਸਹਿਰ ਨੂੰ ਘੇਰਾ ਪੈ ਲਿਆ ਨੂਰ ਗਿਆ ਸ਼ਾਮਾ ਪਾਣੀ ਅਰ ਗਵਾਂ ਕਰੀ ਕਹਿ ਇੱਕ ਪੀਰ ਮਹਾਰਾਜ ਇੱਕ ਬਣਿਆ ਕਾ ਮੱਥਾ ਤਿਲਕ ਅਸਰ ਕੀ ਇਜਾਜ਼ਤ ਲੈ ਕਾ ਮਾਤਾ ਸ਼੍ਰੀ ਲਕੋ ਦਰਸ਼ਨ ਦੇ ਕਾ ਪੀਰ ਮੇਰਾ ਅਬ ਕੈਸੇ ਇੱਕ ਡੂੰਘੀ ਡਾਂਬਰ ਕੇ ਔਰ ਚਲਾ ਗਾੜੀ ਗਾੜੀ ਮਹਾਮਾਈ ਸ਼ਕਤੀ ਮਾਤਾ ਕਰਚੋਦਾ ਬੋੜੇ ਖੱਪਰ ਵਾਲੀ ਹੱਥ ਮੈਂ ਠਾਇਆ ਤਰਸੂਲ ਬੋੜਾ ਖੱਪਰ ਹੱਥ ਮੈਂ ਲਿਆ ਭੁਜਾਂ ਦਾ ਦਲਾਗੜਾ ਗਲਕੇ ਵਿੱਚ ਵੀ ਮੁੰਡਿਆਂ ਕਾ ਹਾਲੋ ਅਸ਼ਟਮ ਜੀ ਮਾਤਾ ਜੋ ਬਾਰਡਰ ਕੇ ਪਰ ਪਹੁੰਚਾ ਐਸੇ ਇੱਕ ਮਾਈ ਮੈਂ ਪਤਾ ਸੇ ਮਿਲੇਗਾ ਬੇਟ ਪਿਆਰੀ ਗੁੱਗਾ ਜੀ ਸੇ ਵਾਸਤੇ ਮੰਗਾ ਅਬ ਕੈਸੇ ਇੱਕ ਪੀਰ ਮੇਰਾ ਲੈ ਕੇ ਨਾਸਿਕ ਦਵਾਨ ਕੋ ਮਾਰ ਮਾਰ ਕਰਦਾ ਵਾ ਧਾੜ ਧਾੜ ਕਰਦਾ ਵਾ ਸਭੀ ਫੌਜ ਪਲਟਣ ਦਾ ਸਾਥ ਮਿਲੇ ਕਾ ਅਬ ਕੈਸੇ ਇੱਕ ਡੰਗਰੀ ਔਰ ਖਾਬਰ ਕੇ ਔਰ ਚਲਾ ਬਈ ਕਿਆ ਤੇਰੀ ਕਹਿਣੀ ਕੀ ਬਾਤ ਔਰ ਕਿਆ ਪਿਆਰੀ ਸੰਗਤ ਵੀ ਸੁਣਨ ਦੀ ਬਾਤ ਭਾਈ ਜੀ ਕੈਸੇ ਸੋਭਾ ਤੇਰੀ ਉਸੇ ਬੋਲ ਪਾਣਾ ਜੀ ਚਲਾ ਤਾਵਾ ਸੀ
ਮਿਹਰਬਾਨ ਹੋ ਜਾ ਕੇ ਆਪਣੀ ਬਾਬੇ ਸਤਕੀ ਬਣ ਕੇ ਦਰਗਾਹ ਖੋਲਾ ਜਾ ਜੀ ਜੀ ਹਜ਼ਰਤ ਸੇਵਾਦਾਰ ਜਹਾਰਾ ਸਾਹਮਣੇ ਦੋ ਕਮਰੇ ਆ ਬਈ
हैं, सेवादार दूध का काम करा भाई, सेवादार पूछो भाई इससे, सेवादार आज 100 रुपए खुले करवाए थे 10 के सिक्के, माइक करो भी अगर पूछो, करवाए थे भाई 100 के 10 के सिक्के करवाए थे, सेवादार तेरे गड्डिया विकल का नंबर 2656 है भाई, बारह बजा जी लिए थे भाई, कब लिए थे, कल लिए थे, झूठ न बोलिए।
ਬਾਰੇ ਮੈਂ ਚੌਧਰੀ ਬੋਲ ਦੇ ਓਕੇ ਬਣਨੂ ਬਾਬੇ ਮਾਨਕਾ ਕਾਲੇ ਕਾਲੇ ਜੰਗਲਾਂ ਨੂੰ ਜੀ ਮਾਨ ਸਵਾਦਾਰ ਤੇਰੀ ਜੰਮਾ ਫੋਟੋ ਪੜੀ ਜੀ ਵੀ ਦੋ ਫੋਟੋ ਹੈ ਜੀ ਦੋ ਵੀ ਐਸੇ ਕਿਸ ਕਿਸ ਕੀ ਲੜਕੀ ਫੋਟੋ ਸੀ ਪਰਸ ਮੈਂ ਫੋਨ ਮਾ ਤੇਰੇ ਮਸ਼ੀਨਾਂ ਕੇ ਅੰਦਰ ਵੀ ਕੰਮ ਰੁਕੇ ਆ ਮਸ਼ੀਨਾਂ ਵੀ ਕਈ ਵਾਰ ਰੁਕ ਜਾ ਸਾਰੀ ਵੀ ਚੱਲਦੇ ਸਵਾਦਾਰ ਕਾਲੀ ਮਸਾਰੀ ਚੱਕਰ ਔਰ ਕਿਸੇ ਨਾ ਕਿਸੇ ਦੀ ਜਾਨ ਵੀ ਦੇ ਸਕਦਾ ਤੈਨੂੰ ਪਤਾ ਇਸ ਬਾਤ ਕੋ ਸਮਝ ਗਿਆ ਇੱਕ ਤਾਂ ਗੁਰੂਦਾਰ ਨਗਰ ਬਾਈ ਠੀਕ ਹੈ ਬਾਈ ਇਹ ਗੁਰੂਦਾਰ ਨਗਰ ਔਰ ਤੇਰੇ ਪਾਸ ਸਵਾਰੀ ਆਵਾਗੀ ਬਾਬਾ ਜੀ ਕੀ ਕਿਰਪਾ ਹੋਵੇਗੀ ਠੀਕ ਆ ਇਹ ਗੁਰਮਾਨਾ ਅੱਜ ਕਰਨਾ ਪੀਰਗਾ ਬਹੁਤ ਕਰਵਾ ਦੇਗਾ ਚੌਂਕੀ ਸੇ ਪਹਿਲਾਂ ਪਹਿਲਾਂ ਕਰਾਉਣਾ ਬਾਈ ਅੱਜ ਕਰਵਾ ਦੇ ਚੌਂਕੀ 19 ਤਰੀਕ ਸੇ 18 ਤਰੀਕ ਸੇ ਪਹਿਲਾਂ ਪਹਿਲਾਂ ਕਰਵਾ ਦੇ ਬਈ ਐਸਾ ਮੈਂ ਪੀ ਆਰ ਲਵਾ ਦੂੰਗਾ ਤੇਰੇ ਅਕਾਊਂਟ ਸੈੱਟ ਕਰ ਦੂੰਗਾ 15 ਦਿਨ ਕੇ ਅੰਦਰ ਅੰਦਰ ਪਰ ਇਹ ਹੈ ਚੌਂਕੀ ਦੇ ਪਹਿਲਾਂ ਕਰਾਉਣਾ ਰਾਜ ਜਗਾ ਬਹੁਤ ਜਦੋਂ ਮਨਜ਼ੂਰ ਹੋ ਤੋ ਹਾਂ ਕਰ ਫਿਰ ਆਇਆ ਕਿ ਪੁੱਛ ਲੈਣ ਘਰ ਸੇ ਪੁੱਛ ਕੇ ਨਹੀਂ ਆਇਆ ਸਵਾਦਾਰ ਤੇਰੇ ਘਰ ਕਾ ਕੰਮ ਸੈੱਟ ਹੋ ਜਾਗਾ ਨਹੀਂ ਅਗਲੇ ਸਾਲ ਹੋ ਜਾਗੀ ਬੋਲ ਬਈ ਕਿਸੇ ਕੋਲ ਨਾ ਗਰ ਗਰ ਕੇ ਕਰਾ ਲਓ ਬੋਲ ਗਰ ਗਰ ਕਰਾ ਲੋਗੇ ਚਾਹੇ ਆਪਣੀ ਫੈਕਟਰੀ ਮਗਰੋ ਚਾਹੇ ਆਪਣੇ ਘਰ ਕਰਾਓ ਗਰ ਗਰ ਕੇ ਕਰਾ ਲਓ ਪੱਕੀ ਬਾਤ ਕਰੀਏ ਚੌਂਕੀ ਦੇ ਪਹਿਲਾਂ ਕਰਵਾ ਲੇਗਾ ਸਾਰ ਚੌਂਕੀ ਦੇ ਬਾਰ ਕੀ ਬਾਰ ਨਹੀਂ ਭਰ ਦੋਗੇ ਹੈ ਜੋ ਜਿਸ ਦਿਨ ਪੀ ਆਰ ਲੱਗੀ ਉਸਕੇ ਬਾਅਦ ਬਾਬਾ ਜੀ ਕੀ ਚਾਂਦੀ ਕੀ ਖੁੰਡੀ ਚੜਾਣੀ ਹੈ ਚੌਧਰੀ ਕੀ ਖੁੰਡੀ ਖੁੰਡਾ ਚਾਂਦੀ ਕੀ ਬਣਵਾਏਗਾ ਪੀ ਆਰ ਲੱਗਣ ਕੇ ਬਾਅਦ ਠੀਕ ਹੈ ਔਰ ਉਸਕੇ ਬਾਅਦ ਜਬ ਕਾਮ ਬਣ ਜਾਏਗਾ ਦਰਬਾਰ ਸੇ ਭਗਤ ਕੋ ਵੀਜ਼ਾ ਲਵਾਏਗਾ ਬਾਹਰ ਦਰਸ਼ਨ ਕਰਵਾਉਣੇ ਆ ਲਵਾਉਣੇ ਬਈ ਲੈ ਕੇ ਜਾਣਾ ਬਾਹਰ ਭਗਤ ਕੋ ਵਹਾਂ ਦਰਸ਼ਨ ਕਰਵਾਉਣੇ ਆ ਉਨਕੇ ਵੀ ਠੀਕ ਹੈ ਬਈ ਜੋ ਕੰਮ ਕਰਵਾਉਣਾ ਪੀ ਆਰ ਲੱਗਣ ਕੇ ਬਾਅਦ ਬਹਾਰਾ ਜੀ ਅੱਖ ਮੰਗ ਹਸਤਨਾਪੁਰੀ ਦਰਬਾਰ ਖੁੰਡੇ ਵਾਲੀ ਸਰਕਾਰ ਆ ਕੇ ਯਮੁਨਾ ਨਗਰ ਕਿੰਨਾ ਭਗਤ ਇੱਥੇ ਬਾਹਰ ਤੋਂ ਜਾਣਦਾ ਇਸ ਭਗਤ ਨੇ ਪਰ ਯਾਰ ਇਹਨੂੰ ਪਤਾ ਤੇਰੇ ਹੱਥ ਚੱਲ ਜਾ ਠੀਕ ਹੈ ਬਈ ਜਾ ਮਾਰ ਲੇਗਾ ਜਾਣ ਸਾਹ ਚੌਂਕੀ ਦੇ ਬਾਹਰ ਕੀ ਭਰਨੀ ਠੀਕ ਹੈ ਬਈ ਜਿਹੜਾ ਅੱਜ ਅਗਲਾ ਪੀਰ ਕਾ ਜਾ 15 ਦਿਨ ਕੇ ਅੰਦਰ ਕੰਮ ਸੈਟਿੰਗ ਕਰ ਦੋ ਟੇਮ ਉੱਥੇ ਬਾਹਰ ਬਾਹਰ ਜੋ ਅੱਖ ਮੰਗ ਓਕੇ ਵੜਨੂ ਸਾਹਿਬ ਮਾਨ ਕਾ ਕਾਲੇ ਕਾਲੇ ਜੰਗਲਾਂ ਨੂੰ ਜੀ ਮਾਨ ਕਾ ਸੇਵਾਦਾਰ ਜੋ ਸੇਵਾਦਾਰ ਆਪਣੇ ਘਰ ਕੇ ਬਾਰੇ ਸਵਾਲ ਹੈ ਦਾਰੂ ਪੀਤਾ ਬਈ ਲਾਲੂ ਸਾਈਡ ਸੇ ਹੈ ਬਾਬਾ ਜੀ ਔਖੇ ਔਖੇ ਬਣੂ ਬਾਬੇ ਮਾਨ ਕਾ ਕਾਲੇ ਕਾਲੇ ਜੰਗਲਾਂ ਨੂੰ ਜੀ ਮਾਨ ਕਾ ਦੇਲ ਲਕਾਰਾ ਮਹਾਰਾਜ ਜਿੰਨੇ ਪੁੱਛੇ ਨਿਕੜੇ ਕੋਈ ਵੀ ਸੰਗਤ ਨਾ ਜਾ ਅਗਰ ਰਸਤੇ ਨੂੰ ਪੁੱਛੋਗੇ ਮੈਂ ਜੀ ਬਿਮਾਰ ਨਹੀਂ ਹੂੰ ਆਰਤੀ ਕੇ ਬਾਅਦ ਜਾਣਾ ਪੁੱਛੇ ਲੈ ਕੇ ਨਹੀਂ ਜਾਣਾ ਹਾਂਜੀ ਬਾਈ ਸਾਹਿਬ ਤਵੀ ਕੰਮ ਕਰੂੰਗਾ ਹਾਂ ਬਈ ਘਰ ਕੇ ਬਾਰੇ ਮੈਂ ਸਵਾਲ ਆ ਬਈ ਦਾਰੂ ਪੀਆ ਬਈ ਚਿੱਟਾ ਮੰਗਾ ਰੋਮਾਂਟਰੀ ਗੱਲ ਸਾਹਮਣੇ ਦੋ ਕਮਰੇ ਆ ਅਮਰੂਦ ਦਾ ਬੇਟਾ ਗੱਲ ਗਿਆ ਬਈ ਪਹਿਲਾਂ ਥਾ ਬਈ ਪੁੱਛੋ ਬਈ ਪੁੱਛੋ ਮਕਾਨ ਕੇ ਬੈਕ ਸਾਈਡ ਬਈ ਪਹਿਲਾਂ ਲਗਾਇਆ ਤਾਂ ਪੁਰਾਣਾ ਪੜੋਸ ਮਾ ਥਾ ਗਰਮ ਖੂਨ ਦੇ ਚਿੰਤੇ ਵੀ ਲਗੇ ਨਾ ਬਈ ਦਬੋ ਬੜਾ ਬਈ ਕਈ ਵਾਰ ਤੋਂ ਨਾਮ ਲੈ ਕੇ ਆਵਾਜ਼ ਬੜਾ ਬਈ ਕਈ ਵਾਰ ਨਾਲ ਛੱਤ ਕੋਈ ਚੱਲ ਰਹੇ ਹੋ ਕਈ ਵਾਰ ਨਾਲ ਦੁਰ ਝਗੜ ਕਰ ਦੇਖੋ ਕੋਈ ਵੀ ਨਹੀਂ ਹੈ ਜੋ ਵੀ ਲੈ ਲਓ ਬਈ ਪੁਲਿਸ ਕੇਸ ਵੀ ਬਣਾ ਦੋ ਬਈ ਸੇਵਾਦਾਰ ਕਈ ਵਾਰ ਤੁਹਾਨੂੰ ਸੁਪਨੇ ਮਾਲ ਉਸ ਤਰ੍ਹਾਂ ਦਿਖਾ ਵੀ ਜੋ ਕੜਾਈ ਘੇਰਾ ਵੱਲ ਹੋ ਰਹੇ ਹੋ ਦਿਖਾ ਬਈ ਬਹੁਤ ਲਾਲ ਜੀ ਕਾਲੀ ਮਾਈ ਕੋ ਔਰ ਅੱਜ ਮਹਾਰਾਣੀ ਕਾ ਚਲ ਗਲਗਤੇ ਹੋ ਆਇਆ ਆਇਆ ਰਥ ਕਾਲੀ ਕਾ ਚਲ ਗਲਗਤੇ ਬਹੁਤ ਲਾਲ ਜੀ ਦਾ ਮਿੰਡਾ ਜੀ ਪੰਡਤ ਜੀ ਕੋ ਰਾਮੂ ਗੁਰੂ ਜੀ ਕੋ ਬਾਬਾ ਖੁਸ਼ੀਆਂ ਮਨਾਵੇ ਨਾਮ ਪੀਰ ਦਾ ਧਿਆਵੇ ਸਾਰਾ ਕਰਕੇ ਖੇਲ ਵਿਗੜ ਗਿਆ ਬਈ ਜੋ ਵੀ ਕੰਮ ਸੋਚਾ ਬਣਦੇ ਬਣਦੇ ਵਿਗੜ ਜਾ ਬਈ ਦਾਰੂ ਕੀ ਛੋੜ ਰਹੇ ਬਈ ਤੈਨੂੰ ਦਾਰੂ ਮੈਂ ਖੜੇ ਰੱਖਿਆ ਬਈ ਬੋਲ ਗਿਆ ਚਾਹ ਜਾ ਇੱਕ ਕੰਮ ਕਰੀਏ
एक तो सात चौकी से बारकी भरनी पड़ेगी, एक अमन राज जगह कराना पड़ेगा पीर का, बोल करवा देगा थोड़ा टाइम चौकी बात करवाई थी, पर चौकी भरनी सात दरबार की और पांच पौवे बढ़वाने लैची बढ़वानी। जा एक काम करिए, लैची पौवा लेकर आया जा बढ़वा लिए, जा तो फर्क पड़ जाते हैं मत्थे बाकी बोल आज औखे बढ़ ओखे बनो बापे मान का छोरी बापे नो जी मान का आन मनाए महाराज सेवादार लड़का को मारा भाई सेवादार सीरियस है भाई भाई सुमा सेवादार जिस दिन मार रहा था उसको दो ढाई बजे के करीब टाइम में मार रहा था सेवादार उसको ये महसूस हुआ अभी मेरे साथ कुछ होगा जिस टाइम मोटरसाइकिल बजा रहा था भी बीर तंदी ये लगे थे उसका बहुत अखे बढ़ना बोल जरा ओके सेवादार खेत तो पुराना बिगड़ा हुआ है भाई समझ गए भाई स्कूल से ही बिगड़ा है भाई बोल क्या चाह एक तो पीर का राज जगह कराना पड़ेगा भाई काले रंग की चुनी पांच कार चूल जगह रखनी पड़ेगी सौ मीटर को रंग कपड़े करना पड़ेगा सात चौकी भरनी पड़ेगी इधर भर में कुछ भर लेंगे आज भर लेंगे भाई पीर का राज जगह करा देंगे भाई जा ठीक है चौकी में तो ले चौकी तो भर लेंगे सात चौकी भरनी शुरू करो जाओ ताकत लैची जवाइन लैची दरबार से जाओ ठीक कर दूंगा उसके बाद पीर का राज्य का कराना बागर झंडा लेके जाना ठीक है भाई टेक मत दरबार के अंदर राज कुछ और पता करना बहुत राज्य महाराज एक सेवादार जो सेवादार अपने मकान के बारे में सवाल है उसका मकान नहीं बन रहा भाई आई नहीं भाई भाई सेवादार जंतरगढ़ से है मकान के बारे में सवाल है बोल आज एटो गद्दी हो ऐसे हो सती नो जी मान का बापे बापे सरवर नो जी मान का जंतरगढ़ से भाई मकान के बारे में सवाल है मकान नहीं बन रहा भाई जो भी काम सोचा बढ़ते बढ़ते बिगड़ जाओ भाई हाँ जी हाँ जी सेवादार कारोबार में दिक्कत किसकी आई थी कारोबार में दिक्कत सेवादार इस जगह में लगा ना भाई सेवादार सिर में चोट किसकी आई थी आई थी सेवादार लड़की चक्कर में कौन पड़ जाए बोल आज जो खबर ना बोले ओके बापे मान का काले काले झगड़ा तुझी मान का तेल लकारा सेवादार नशा कौन करा अजी नशा सेवादार दबाव किसको पड़ता है सेवादार कई बार तो घर में खुले छींटे भी लगे भाई हाँ जी लगे लगे बाप से नहीं सेवादार एक बात का जवाब दे घर से जाने की ने सोची थी घर से किसी ने जी सेवादार अपना कारोबार या बाहर जाने की इच्छा भी थी भाई जी इच्छा थी हाँ जी बाबा जी सेवादार कारोबार ठप पड़ा भाई हाँ जी बोल के अच्छा हाँ भाई यो ठीक हो जाए ये औरत कौन थी जिसके जिससे झगड़ा है द्वार लगती साहब झगड़ा किससे हो जाए सेवादार ऐसे जो कारोबार चाहिए मकान धारा काम बांध रखे भाई मकान का जो काम सेट चाहिए फिर एक तो राज्य का करना पड़ा करा देना भाई हाँ जी करा दोगे सात चौकी दीवार की भरनी पड़ेगी घर में मन करवाना है जो जिस दिन राज्य का मन करवा दोगे उसके बाद हफ्ते में रिजल्ट मिल जाएगा थोड़ा ठीक है भाई ठीक और जाओ तारा अपना मकान बन जाओ ठीक है भाई जाओ टिक मत थर दो वर्ग बोल आज जो क्यों बापे मान का काले काले जंगल एक सेवादार है भाई जो सेवादार अपने ब्याह के वो चक्कर में लड़की के चक्कर में भाई फोन में लड़की की फोटो भी ले रहा भाई
ਜੋ ਤੇਰੇ ਮੂੰਹ ਤੇ ਪੁੱਛਣ ਵੇ ਦੋ ਤੇ ਮੁੱਠ ਵਾ ਦਿੰਦੇ ਮਹਾਰਾਜ ਜੋ ਖਵੜ ਨੂੰ ਚੌਧਰੀ ਬਾਬੇ ਨੂੰ ਵੀ ਮਹਾਨ जो अपने कारोबार के बारे में सवाल है MBS के नाम से दुकान खोल रखी है MBS के नाम से फास्ट फूड की बोल आज जो खबर में बोल ओके बड़े नो बाबे मालका जी जमादार काम तो खोल लिया तुमने MBS के नाम से कभी अपने गुरु जी के चरण को आया मूर्त से पहले मन करवाया भाई क्यों नहीं करवाया मन सबसे बड़ी गलती तेरी भाई समझ गया मंदू भगत जी को फोन किया था भाई ऐसा है जो मर्जी है पढ़ तो गया मनसे नहीं कुछ अंदा क्यों दे रहा हो कि तुम्हें चक्कर पड़ रहे हो बाबा जी मंदू बाबा भगत जी ने कहा था कि किसी को कुछ बुलाना मत करो भाई ऐसा है अमन कराना पड़ेगा एक तो ठीक है मंदू आप बिल्कुल भाई दुकान के अंदर चाहे दो मिनट वहां सिग्नल हो जाती चोरा बाबे ने चौधरी का आने की जरूरत नहीं है ठीक है बोल भाई और एक चौंकी बा बना लगाना कोई भी चीज का किसका भी लगाना बोल है लगाए दिए पंडारा चौंकी बोल लीजिए जा रहा है तो चौधरी की दाद दे आज तेरे नाम पड़ जाएगा ठीक है और साथ चौंकी पर नहीं है तय होगा चौंकी पर तय एक चौंकी पर तन्ने आकर भंडारा करना अगर भंडारा ना करे तो मैं डेढ़ लाख रुपये में लेने भी जाऊँ काम के अंदर सेटिंग आ जाएगी MBS के नाम से काम खोला बाबे रैपे चौधरी की दौड़ दे आज तक फर्क पड़ जाएगा जो फर्क पड़ गया उसके बाद बाबे का मुर्गा वक्त दे दिए ठीक है जटे मत बोल बोल आज जो खबर हो महान का तेल लेकर महाराज जी ये दर्द तो हकीकत में दुखियों को सारा है ये दर्द तो हकीकत में दुखियों का सहारा ठीक है जा आ तेरा गुरु पूछ रहा है और